ਸ੍ਰਿਸ਼ਟੀ ਹੈ ਔਰ ਇਹ ਜਿੰਨੇ ਵੀ ਅੱਜ ਇਸ ਸੰਸਾਰ ਦੇ ਤੁਰ ਰਹੇ ਕਿਉਂਕਿ ਇਹ ਲੰਮੇ ਸਾਲਾਂ ਤੋਂ ਬਾਅਦ ਇਹ ਮੌਕਾ ਮਿਲਿਆ ਅਸੀਂ ਬੜੇ ਭਾਗਾਂ ਵਾਲੇ ਰਾਮ ਵਿਦਿਆ ਚ ਮੰਦਰ ਦਾ ਜਿਹੜਾ ਰਾਮ ਜੀ ਅਯੋਧਿਆ ਤੋਂ ਬਨਵਾਸ ਕੱਟਦੇ ਆਏ ਸੀ ਉਦੋਂ ਦੀਪਮਾਲਾ ਹੋਈ ਸੀ ਅੱਜ ਵੀ ਸਾਰੇ ਜਿਹੜੇ ਜਿਹੜੇ ਆਵਾਜ਼ ਸਾਡੀ ਸੁਣਦੇ ਆ ਕੋਈ ਪਰਿਵਾਰ ਐਸਾ ਵਾਂਝਾ ਨਾ ਬੜਾ ਖੁਸ਼ੀਆਂ ਪਾਗਾ ਹੋਇਆ ਪਾਗਾ ਦੇਣੇ ਆ ਅੱਜ ਸਾਰੇ ਦੀਪਮਾਲਾ ਕਰਕੇ ਇੱਕ ਦੂਸਰੇ ਨੂੰ ਸੁਣਾਈਏ ਅਤੇ ਉਸ ਪ੍ਰਭੂ ਤੋਂ ਆਸ਼ੀਰਵਾਦ ਲਈਏ ਜਿਹੜਾ ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਲਈ ਜਿਹੜਾ ਚੜ੍ਹਦੀ ਕਲਾ ਵਾਲਾ ਸਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੇਖੋ ਪਰਮਾਤਮਾ ਇਹ ਜਦੋਂ ਜਦੋਂ ਮੈਂ ਕਹਿੰਦਾ ਨਾ ਵੀ ਅੱਛਾਈ ਦਾ ਕੰਮ ਚੱਲਦਾ ਅਤੇ ਬੁਰਾਈ ਵੀ ਨਾਲ ਜਨਮ ਲੈਂਦੀ ਪਰ ਹਮੇਸ਼ਾ ਪੋਜ਼ਿਟਿਵਿਟੀ ਚੱਲਣਾ ਚਾਹੀਦਾ ਨੈਗੇਟਿਵਿਟੀ ਵੱਲ ਉਹਨੇ ਜਿਹੜੇ ਕਰਦੇ ਨੇ ਉਹਨਾਂ ਦੀ ਉਹ ਸੋਚ ਕਰਨ ਵਾਲੀ ਪਰ ਹਾਂ ਬਟਾਲਾ ਸ਼ਹਿਰ ਤੋਂ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਸਵਾਗਤ ਕਰਦੇ ਪਏ ਨੇ ਬੜੀ ਖੁਸ਼ੀ ਦੀ ਗੱਲ ਹੈ ਮੈਂ 7 ਵਜੇ ਦਾ ਉੱਠਿਆ ਜੀ ਪਹਿਲਾਂ ਤਾਂ ਕੁਨਾਲ ਭਗਤ ਜੀ ਤੋਂ ਜਿਹੜਾ ਹਵਨ ਜਿਹੜਾ ਉਹ ਆਪਾਂ ਕੀਤਾ ਉਸ ਤੋਂ ਬਾਅਦ ਸ਼ੁਰੂਆਤ ਕੀਤੀ ਫਿਰ ਅਚਲੇਸ਼ਵਰ ਧਾਮ ਹੋ ਕੇ ਆਏ ਥਾਂ ਥਾਂ 'ਤੇ ਸੰਗਤਾਂ ਨੇ ਲੰਗਰ ਲਗਾਇਆ ਵੀ ਬੜਾ ਇੱਕ ਚਾਅ ਹੈ ਅਤੇ ਉਹ ਸੱਦਾ ਹਰ ਈਵੈਂਟ 'ਤੇ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਨੂੰ ਸਾਡੇ ਪਰਿਵਾਰ ਦਾ ਜਿਹੜਾ ਆਗੂ ਆ ਉਹ ਆਵੇ ਜ਼ਰੂਰ ਅਤੇ ਮੇਰੀ ਕੋਸ਼ਿਸ਼ ਇਹੋ ਹੀ ਆ ਵੀ ਮੈਂ ਹਾਜ਼ਰੀ ਲਵਾਵਾਂ ਜਿੱਥੇ ਜਾਂਦਾ ਵਾਂ ਇੱਕ ਤਾਂ ਪਰਿਵਾਰ ਆ ਸਾਰਾ ਹੱਥ ਦੇ ਕੇ ਰੋਕ ਲੈਂਦੇ ਆ ਅਤੇ ਉਤਰਨਾ ਵੀ ਪੈਂਦਾ ਵਾ ਜਿੱਥੇ 11 ਵਜੇ ਪਹੁੰਚਣਾ ਸੀ ਉੱਥੇ ਹੁਣ 2 ਵੱਜ ਗਏ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੁਨਾਲ ਭਗਤ ਜੀ ਜਿਹੜਾ ਬਾਬਾ ਬਾਲਕ ਨਾਥ ਦਾ ਜਿਹੜਾ ਬਾਬਾ ਭੂਤ ਨਾਥ ਦਾ ਮੰਦਿਰ ਹੈ ਜਿਹੜਾ ਜੀ ਉੱਥੇ ਸ਼ਾਮ ਨੂੰ ਜਿਹੜੀ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਆਓ ਪਹੁੰਚੀਏ ਪ੍ਰਭੂ ਦਾ ਉੱਥੇ ਲੰਗਰ 'ਤੇ ਅੱਜ ਸਾਰਾ ਮੈਂ ਕਹਿ ਸਕਦਾ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜਾ ਵਾ ਵੀ ਅੱਜ ਬੜਾ ਇੱਕ ਵੱਖਰਾ ਅਲੌਕਿਕ ਨਜ਼ਾਰਾ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਸ਼ਾਮ ਨੂੰ ਅੱਜ ਆਪਾਂ ਆਤਿਸ਼ਬਾਜ਼ੀ ਦਾ ਵੀ ਨਜ਼ਾਰਾ ਦੇਖੀਏ ਨਹੀਂ ਦੇਖੋ ਜੀ ਮੇਰੀ ਇੱਕੋ ਬੇਨਤੀ ਹੈ ਜੀ ਅਸੀਂ ਕਰਮਾਂ ਵਾਲੇ ਹਾਂ ਸਾਡੇ ਜੀਂਦੇ ਜੀ ਸਾਨੂੰ ਇਹ ਮੌਕਾ ਵੇਖਣ ਨੂੰ ਮਿਲ ਰਿਹਾ ਕੋਈ ਸਿਆਸਤ ਦੀ ਗੱਲ ਅੱਜ ਕਰਨੀ ਕੋਈ ਨਹੀਂ ਹੈ ਜੀ ਇਹ ਸਾਡੇ ਸਾਰੇ ਧਰਮਾਂ ਦਾ ਸਾਂਝਾ ਹੈ ਥੈਂਕ ਯੂ ਜੀ ਮਿਹਰਬਾਨੀ